ਪੂਰਾ ਮੁਲਕ ਲੌਕਡਾਊਨ ਹੈ, ਹਰ ਇੱਕ ਜ਼ੁਬਾਨ ਤੇ ਇੱਕ ਹੀ ਸਵਾਲ ਹੈ ਕਿ ਇਹਨਾਂ ਬੰਦਿਸ਼ਾਂ ਤੋਂ ਆਜ਼ਾਦੀ ਕਦੋਂ, ਮਤਲਬ ਕਦੋਂ ਤੱਕ ਘਰਾਂ 'ਚ ਡੱਕੇ ਰਹਿਣਗੇ ਲੋਕ ਅਤੇ ਕਦੋਂ ਤੱਕ ਪੂਰੇ ਮੁਲਕ ਵਿੱਚ ਜਾਰੀ ਰਹੇਗਾ ਕਰਫਿਊ ਦਾ ਦੌਰ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ 21 ਦਿਨ ਦੇ ਕੌਮੀ ਲੌਕਡਾਊਨ ਦੇ ਸੱਦੇ ਦੀ ਤਾਰੀਖ 14 ਅਪ੍ਰੈਲ ਨੇੜੇ ਆ ਰਹੀ ਹੈ ਤਾਂ ਇਸ ਦਰਮਿਆਨ ਇਹ ਸਵਾਲ ਉੱਠਣੇ ਲਾਜ਼ਮੀ ਹਨ ਕਿ ਸਰਕਾਰ ਲੌਕਡਾਊਨ ਨੂੰ ਅੱਗੇ ਵੀ ਜਾਰੀ ਰੱਖੇਗੀ ਜਾਂ ਖਤਮ ਕਰਨਗੇ ਜਾਂ ਫਿਰ ਅਗਲੇ ਪੜਾਅ ਤੋਂ ਪਹਿਲਾਂ 1-2 ਦਿਨ ਦੀ ਢਿੱਲ ਦੇਣਗੇ। ਹਾਲਾਂਕਿ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਉਸ ਮੁਤਾਬਕ ਇਸ ਨੂੰ ਹਾਲੇ 28 ਦਿਨ ਹੋਰ ਅਗਲੇ ਪੜਾਅ ਤਹਿਤ ਵਧਾਇਆ ਜਾ ਸਕਦਾ ਹੈ, ਪਰ ਇਸ ਦਰਮਿਆਨ 2-5 ਦਿਨ ਦੀ ਢਿੱਲ ਦਿੱਤੀ ਜਾ ਸਕਦੀ ਹੈ। ਸਿਹਤ ਰਾਜ ਮੰਤਰੀ ਰਾਜੇਸ਼ ਟੋਪੇ ਦਾ ਕਹਿਣਾ ਹੈ ਕਿ ਉਹ ਨਿੱਜੀ ਤੌਰ ਤੇ ਮੰਨਦੇ ਹਨ ਕਿ ਮੌਜੂਦਾ ਸੂਰਤ ਹਾਲ ਵਿੱਚ ਲੌਕਡਾਊਨ ਹਟਾਉਣਾ ਮੁਮਕਿਨ ਨਹੀਂ, ਪਰ ਪੜਾਅਵਾਰ ਇਸ ਵਿੱਚ ਕੁਝ ਢਿੱਲ ਉੱਪਰ ਵਿਚਾਰ ਹੋ ਰਿਹਾ ਹੈ। ਹੈਲਥ ਡਿਪਾਰਟਮੈਂਟ ਦੇ ਸੂਤਰਾਂ ਮੁਤਾਬਕ 2 ਮੁੱਖ ਆਪਸ਼ਨ ਉਹਨਾਂ ਕੋਲ ਹਨ। 1 ਤਾਂ ਲੌਕਡਾਊਨ ਨੂੰ 28 ਦਿਨ ਹੋਰ ਜਾਰੀ ਰੱਖੀਏ ਜਾਂ ਇਸ ਦਰਮਿਆਨ ਕੁਝ ਢਿੱਲ ਦਈਏ ਤਾਂ ਜੋ ਲੋਕ ਆਪਣੇ ਜ਼ਰੂਰੀ ਕੰਮ ਨਿਬੇੜ ਲੈਣ। ਹਾਲਾਂਕਿ ਕੈਂਬਰੇਜ ਯੂਨੀਵਰਸਿਟੀ ਵੱਲੋਂ ਜਾਰੀ ਨੀਤੀ ਤਹਿਤ ਟ੍ਰਾਂਸਮਿਸ਼ਨ ਚੇਨ ਨੂੰ ਤੋੜਨ ਦੇ ਲਈ 49 ਦਿਨ ਦੇ ਲੌਕਡਾਊਨ ਦਾ ਹੋਣਾ ਜ਼ਰੂਰੀ ਹੈ। ਕੈਂਬਰੇਜ ਦੇ ਫਾਰਮੂਲੇ ਮੁਤਾਬਕ ਪਹਿਲਾ ਲੌਕਡਾਊਨ 21 ਦਿਨ ਦਾ ਹੋਵੇ, ਫਿਰ ਇਸ ਵਿੱਚ 2-5 ਦਿਨ ਦੀ ਬ੍ਰੇਕ ਹੋਵੇ, ਫਿਰ ਇਸ ਨੂੰ 28 ਦਿਨ ਹੋਰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇ ਅਤੇ ਇਸ ਤੋਂ ਬਾਅਦ 18 ਦਿਨ ਹੋਰ। ਮਾਹਿਰਾਂ ਮੁਤਾਬਕ ਇਨਫੈਕਸ਼ਨ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਲਈ ਇਹ ਲਾਜ਼ਮੀ ਹੈ ਕਿ ਲੌਕਡਾਊਨ 2 ਮਹੀਨੇ ਤੋਂ ਵੱਧ ਦਾ ਹੋਵੇ। ਭੋਪਾਲ ਤੋਂ ਪਬਲਿਕ ਹੈਲਥ ਸਪੈਸ਼ਲਿਸਟ ਡਾਕਟਰ ਅਨੰਤ ਪਾਣ ਮੁਤਾਬਕ ਜਿਨ੍ਹਾਂ ਇਲਾਕਿਆਂ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਹਨਾਂ ਵਿੱਚ ਇਹ ਪ੍ਰਭਾਵੀ ਰੱਖਣਾ ਹੀ ਪਵੇਗਾ, ਹੋਰ ਕੋਈ ਰਾਹ ਨਹੀਂ ਹੈ। ਹਾਲਾਂਕਿ ਸਿਹਤ ਰਾਜ ਮੰਤਰੀ ਥੋਪੇ ਮੁਤਾਬਕ ਲੌਕਡਾਊਨ ਪੜਾਅਵਾਰ ਚੁੱਕਿਆ ਜਾਵੇਗਾ, ਪਰ ਇਹ ਲੋਕਾਂ ਦੇ ਸਹਿਯੋਗ ਉੱਪਰ ਨਿਰਭਰ ਰਹੇਗਾ ਕਿ ਉਹ ਕਿੰਨਾ ਕੁ ਜਾਬਤੇ 'ਚ ਰਹਿੰਦੇ ਹਨ। ਹਾਲਾਂਕਿ ਆਰਥਿਕ ਤਕਾਜੇ ਤੋਂ ਕੈਂਬਰੇਜ ਵਾਲੇ ਫਾਰਮੂਲੇ ਨਾਲ ਬਹੁਤੇ ਮਾਹਿਰ ਇਤਫਾਕ ਨਹੀਂ ਰੱਖਦੇ, ਉਹਨਾਂ ਮੁਤਾਬਕ ਇਸ ਨਾਲ ਆਰਥਿਕਤਾ ਉੱਪਰ ਸਿੱਧਾ ਅਸਰ ਪਵੇਗਾ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਕੋਰੋਨਾ ਪ੍ਰਭਾਵਿਤ ਖੇਤਰਾਂ ਦੀ ਚੋਣ ਕਰਕੇ ਉਹਨਾਂ ਨੂੰ ਸੀਲ ਕਰ ਦਿੱਤਾ ਜਾਵੇ ਤੇ ਜੋ ਬਹੁਤ ਘੱਟ ਪ੍ਰਭਾਵੀ ਹਨ ਉਹਨਾਂ ਵਿੱਚ ਕੁਝ ਰਾਹ ਦਿੱਤੀ ਜਾਵੇ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਨੇ ਆ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।